ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਦਿਲ ਦੀ ਆਵਾਜ਼ ਬਲੌਗ ਦੇ ਵਿੱਚ। ਮੈਂ ਤੁਹਾਡਾ ਆਪਣਾ ਕਾਲਾ ਧਾਨੋ। ਜਿੱਦਾਂ ਆਪਾਂ ਅੱਜ ਕੱਲ੍ਹ ਕਾਸਕੋ ਕ੍ਰਿਕਟ ਦੇ ਸੁਪਰ ਡੁਪਰ ਸਟਾਰਾਂ ਦੀਆਂ ਇੰਟਰਵਿਊਆਂ ਤੁਹਾਡੇ ਦਰਮਿਆਨ ਜਿਹੜੀਆਂ ਲੈ ਕੇ ਆ ਰਹੇ ਹਾਂ, ਉਹ ਲੜੀ ਦੇ ਵਿੱਚੋਂ ਅੱਜ ਇੱਕ ਉਹ ਪਲੇਅਰ ਦੀ ਜਿਹੜੀ ਆਪਾਂ ਇੰਟਰਵਿਊ ਕਰਨੀ ਆ, ਜਿਹੜਾ ਪਲੇਅਰ ਅੱਜ ਕੱਲ੍ਹ ਬਹੁਤ ਜ਼ਿਆਦਾ ਮੰਗ ਵਧੀ ਹੋਈ ਆ। ਕਾਸਕੋ ਕ੍ਰਿਕਟ ਦਾ ਮਹਿੰਗਾ ਪਲੇਅਰ ਕਹਿੰਦੀ ਆ ਦੁਨੀਆ, ਕਾਸਕੋ ਕ੍ਰਿਕਟ ਦੀ ਫਾਰਚੂਨਰ ਵੀ ਕਹਿੰਦੀ ਆ ਦੁਨੀਆ। ਆਓ ਆਪਾਂ ਮਿਲਾਉਂਦੇ ਹਾਂ ਤੁਹਾਨੂੰ ਲੁਧਿਆਣੇ ਦੀ ਧਰਤੀ ਦਾ ਧੰਨਾ। ਸਤਿ ਸ਼੍ਰੀ ਅਕਾਲ ਤੁਹਾਨੂੰ ਭਾਅ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਠੀਕ ਠਾਕ ਹੋ? ਵਧੀਆ ਜੀ, ਵਧੀਆ। ਤੁਸੀਂ ਦੱਸੋ ਕਿਵੇਂ ਚੱਲਦੀ ਆ ਤੁਹਾਨੂੰ ਜ਼ਿੰਦਗੀ ਵੀਰੇ? ਜ਼ਿੰਦਗੀ ਜੀ ਵਧੀਆ, ਬਹੁਤ ਵਧੀਆ ਚੱਲੀ ਜਾਂਦੀ ਜੀ, ਵਧੀਆ ਚੱਲੀ ਜਾਂਦਾ ਸਾਰਾ ਕੁਛ, ਕਿਰਪਾ ਮਹਾਰਾਜ ਦੀ। ਧੰਨੇ ਭਾਅ ਜੀ, ਫੈਮਿਲੀ ਦੇ ਵਿੱਚ ਕੌਣ ਕੌਣ ਆ? ਫੈਮਿਲੀ ਜੀ ਮੈਂ ਵਾਂ, ਮੰਮੀ ਡੈਡੀ ਨੇ, ਸਿਸਟਰ ਹੈਗੇ ਵੱਡੇ, ਉਹ ਮੈਰਿਡ ਨੇ। ਠੀਕ ਆ। ਅਸੀਂ ਹੁਣ ਵਿਚਾਰੇ ਆ ਨਹੀਂ ਆ। ਅਤੇ ਧੰਨੇ ਨੇ ਸਟੱਡੀ ਕਿੰਨੀ ਕੀਤੀ ਆ? ਮੈਂ ਜੀ ਗ੍ਰੈਜੂਏਟ ਹਾਂ ਜੀ, ਬੀਏ ਕੀਤੀ ਹੋਈ ਹੈ ਜੀ। ਠੀਕ ਹੈ। ਉਸ ਤੋਂ ਬਾਅਦ ਫਿਰ ਕ੍ਰਿਕਟ 'ਚ ਵੜ ਗਏ, ਕ੍ਰਿਕਟ ਖੇਡਣ ਲੱਗ ਪਏ ਜੀ। ਧੰਨੇ ਕ੍ਰਿਕਟ ਤੋਂ ਬਿਨਾਂ ਕੋਈ ਧੰਨੇ ਦਾ ਸ਼ੌਕ ਹੈਗਾ ਵੀ ਕ੍ਰਿਕਟ ਤੋਂ ਬਿਨਾਂ ਜੇ ਧੰਨਾ ਕ੍ਰਿਕਟ ਨਾ ਖੇਡਦਾ ਹੁੰਦਾ ਤਾਂ ਮੇਰਾ ਆਹ ਸ਼ੌਕ ਸੀ, ਮੈਂ ਇੱਧਰਲੀ ਲਾਈਨ 'ਚ ਉਹਨੂੰ ਜ਼ਰੂਰ ਜਾਣਾ ਸੀ। ਨਹੀਂ ਕ੍ਰਿਕਟ ਦੇਖੋ, ਕ੍ਰਿਕਟ 'ਚ ਸ਼ੌਂਕ ਤਾਂ ਹੈ, ਮਤਲਬ ਸ਼ੌਂਕ ਤਾਂ ਜਿਵੇਂ ਮੈਨੂੰ ਘੁੰਮਣ ਦਾ ਸ਼ੌਂਕ ਆ, ਮੈਨੂੰ ਮਹਿੰਗੀਆਂ ਗੱਡੀਆਂ ਚਲਾਉਣੀਆਂ, ਮਹਿੰਗੇ ਮੋਟਰਸਾਈਕਲਾਂ ਦਾ ਸ਼ੌਂਕ ਆ ਜੀ, ਮਤਲਬ ਇੱਦਾਂ ਦੇ ਸ਼ੌਂਕ ਹੈ, ਘੁੰਮਣਾ ਫਿਰਨਾ, ਮਤਲਬ ਮਹਿੰਗੀਆਂ ਕਾਰਾਂ ਅਤੇ ਮੋਟਰਸਾਈਕਲਾਂ ਦਾ ਸ਼ੌਂਕ ਹੈ ਜੀ ਮੈਨੂੰ। ਅੱਛਾ, ਤੁਹਾਨੂੰ ਜਦੋਂ ਕ੍ਰਿਕਟ ਦੀ ਹਜੇ ਸ਼ੁਰੂਆਤ ਨਹੀਂ ਹੋਈ ਸੀ, ਹਾਂਜੀ, ਓਬਵੀਅਸ ਜੀ ਗੱਲ ਆ, ਜਦੋਂ ਆਪਾਂ ਨਿੱਕੇ ਹੁੰਦੇ ਹਾਂ ਅਤੇ ਆਪਾਂ ਕਿਸੇ ਪਲੇਅਰ ਨੂੰ ਦੇਖਦੇ ਹੁੰਦੇ ਹਾਂ ਜਿਹੜਾ ਆਪਾਂ ਨੂੰ ਮੋਟੀਵੇਟ ਕਰਦਾ, ਜਿਹਨੂੰ ਦੇਖ ਕੇ ਆਪਾਂ ਨੂੰ ਚਿੱਤ ਕਰਦਾ ਹੁੰਦਾ ਵੀ ਆਪਾਂ ਵੀ ਕ੍ਰਿਕਟ ਖੇਡੀਏ, ਉਹ ਕਿਹੜਾ ਪਲੇਅਰ ਸੀ ਜਿਹਨੂੰ ਦੇਖ ਕੇ ਧੁੰਨੇ ਦਾ ਚਿੱਤ ਕਰਨ ਲੱਗਿਆ ਵੀ ਹਾਂ ਯਾਰ ਮੈਂ ਵੀ ਕ੍ਰਿਕਟ ਖੇਡਾਂ, ਜਾਂ ਧੁੰਨਾ ਕੀ ਤੋਂ ਮੋਟੀਵੇਟ ਹੋਇਆ ਸੀ? ਮੈਂ ਜੀ ਮੋਟੀਵੇਟ ਪਹਿਲਾਂ ਤਾਂ ਸਾਡੇ ਏਰੀਏ ਦੇ ਵਿੱਚ ਮਤਲਬ ਮੁੰਡੇ ਖੇਡਦੇ ਹੁੰਦੇ, ਸੀਨੀਅਰ ਹੁੰਦੇ ਸੀਗੇ, ਉਹ ਤਕੜਾ ਖੇਡਦੇ ਹੁੰਦੇ ਸੀਗੇ, ਅਤੇ ਫਿਰ ਜਦੋਂ ਮਤਲਬ ਕਾਸਕੋ ਦੇ ਵਿੱਚ ਇੱਕ ਦੋ ਵਾਰ ਮੈਂ ਟੂਰਨਾਮੈਂਟ ਖੇਡਣ ਗਿਆ, ਫਿਰ ਉੱਥੇ ਜਾ ਕੇ ਪਲੇਅਰਾਂ ਦੇ ਦੇਖੇ ਵੀ ਉਸ ਟਾਈਮ ਮਤਲਬ ਮਾਰ ਕੋਟੜੇ ਦੀ ਚੜ੍ਹਾਈ, ਘੁੱਦੀ ਦੀ ਚੜ੍ਹਾਈ, ਆਪਣਾ ਮੱਥਾ ਹੋ ਗਿਆ, ਰਵੀ ਬਾਈ ਹੋ ਗਿਆ, ਮਤਲਬ ਇਹ ਸਾਰੇ ਮਤਲਬ ਇਹਨਾਂ ਦੇ ਮੈਚ ਮੈਂ, ਸੱਤੂ ਅਜਨੇਰ ਹੋ ਗਿਆ, ਨਾ ਸਭ ਦੇ ਮੈਚ ਦੇਖਦਾ ਹੁੰਦਾ ਸੀਗਾ, ਵੀ ਹਰਮਨ ਧੂਰੀ ਹੋ ਗਿਆ, ਮਤਲਬ ਜਿੰਨੇ ਵੀ ਪਲੇਅਰ ਨੇ ਟੌਪ 'ਤੇ ਸਾਰੇ, ਮਤਲਬ ਉਸ ਟਾਈਮ ਮੈਂ ਲਾਈਵ ਦੇਖਦਾ ਹੁੰਦਾ ਸੀ ਯਾਰ, ਵੀ ਮੈਂ, ਮੇਰੇ ਮਨ 'ਚ ਇਹੀ ਆਉਂਦਾ ਸੀ ਯਾਰ ਮੈਂ ਇਹਨਾਂ ਵਰਗਾ ਮੈਂ ਵੀ ਬਣੂੰਗਾ, ਮਤਲਬ ਇੱਕ ਇੱਛਾ ਹੁੰਦੀ ਸੀ ਮੈਂ ਵੀ ਇਹਨਾਂ ਦੇ ਮੁਕਾਮ ਜਿੱਥੇ ਬੈਠੇ ਨੇ ਮੈਂ ਵੀ ਇੱਕ ਦਿਨ ਜ਼ਰੂਰ ਪਹੁੰਚੂੰਗਾ ਜੇ ਮੈਂ ਮਿਹਨਤ ਕਰੂੰਗਾ। ਕਾਸਕੋ ਕ੍ਰਿਕਟ ਦੇ ਵਿੱਚ ਬਹੁਤ ਪ੍ਰਾਈਜ਼ ਹੋ ਗਏ, ਜੇ ਆਪਾਂ ਕਹਿ ਦਈਏ ਨਾ ਕਾਸਕੋ ਕ੍ਰਿਕਟ ਨੇ ਕਈ ਘਰਾਂ ਦੀ ਰੋਜ਼ੀ ਰੋਟੀ ਚੱਲਣ ਲਾਤੀ। ਬਿਲਕੁਲ ਜੀ। ਅਤੇ ਧੁੰਨੇ ਨੇ ਹੁਣ ਤੱਕ ਕੀ ਕੁਝ ਅਚੀਵ ਕੀਤਾ ਕਾਸਕੋ ਕ੍ਰਿਕਟ ਦੇ ਵਿੱਚ, ਉਹ ਕੀ ਕੁਝ ਜਿੱਤਿਆ, ਕੀ ਕੁਝ ਸਨਮਾਨ ਹੋਇਆ ਧੁੰਨੇ ਦਾ, ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰੀਏ ਆਪਾਂ। ਮੈਂ ਜੀ 4 ਮੋਟਰਸਾਈਕਲ ਜਿੱਤੇ ਆ ਜੀ ਆਪਣਾ, ਅਤੇ ਇੱਕ ਫੋਰਡ 3600 ਜੱਟਾਂ ਦਾ ਜਹਾਜ਼ ਜਿੱਤਿਆ ਵਾ, ਅਤੇ 3 ਸੋਨੇ ਦੇ ਬੈਟ ਜਿੱਤੇ ਆ ਜੀ, ਅਤੇ ਕੈਸ਼ 5 ਵਾਸ਼ਿੰਗ ਮਸ਼ੀਨਾਂ, 7-8 ਐਲਈਡੀਆਂ ਜਿੱਤੀਆਂ ਵਾ, 2 ਮਾਈਕਰੋਵੇਵ ਫਰਾਟੇ ਪੱਖੇ, ਔਰ ਫੋਨ ਵਗੈਰਾ, ਮਤਲਬ ਕੈਸ਼ ਪ੍ਰਾਈਜ਼ ਦਾ ਮਤਲਬ ਕੋਈ ਗਿਣਤੀ ਨਹੀਂ, ਮਤਲਬ ਬਹੁਤ ਜ਼ਿਆਦਾ ਕੈਸ਼ ਪ੍ਰਾਈਜ਼ ਦਿੱਤਾ ਜੀ। ਧੁੰਨੇ ਸਭ ਤੋਂ ਪਹਿਲੀ ਸੀਰੀਜ਼ ਦਾ ਬੰਦੇ ਨੂੰ ਬਹੁਤ ਜ਼ਿਆਦਾ ਚਾਅ ਹੁੰਦਾ, ਹਾਂਜੀ, ਧੁੰਨੇ ਨੂੰ ਯਾਦ ਆ ਵੀ ਸਭ ਤੋਂ ਪਹਿਲਾਂ ਮੈਨ ਆਫ ਦੀ ਸੀਰੀਜ਼ ਕਿੱਥੇ ਬਣੇ ਅਤੇ ਕੀ ਜਿੱਤਿਆ ਸੀ? ਬਿਲਕੁਲ ਜੀ, ਅੰਡਰ ਦਾ ਟੂਰਨਾਮੈਂਟ ਚੱਲ ਰਿਹਾ ਸਾਡੇ ਲੁਧਿਆਣੇ, ਮੈਂ ਐਲਈਡੀ ਜਿੱਤਿਆ ਸੀ ਜੀ, ਨਵੀਂ। ਅਤੇ ਕਿੰਨਾ ਕੁ ਚਾਅ ਸੀ ਉਦੋਂ ਫਿਰ? ਬਹੁਤ ਖੁਸ਼ੀ ਹੋਈ ਸੀ ਜੀ ਮੈਨੂੰ, ਬਹੁਤ ਜ਼ਿਆਦਾ। ਤੁਹਾਨੂੰ ਘਰਦਿਆਂ ਦੀ ਕਿਵੇਂ ਆ ਸਪੋਰਟ, ਕਾਸਟ ਜੇ ਬਈ ਮੰਨ ਲਾ ਧੁੰਨਾ ਕ੍ਰਿਕਟ ਖੇਡਣ ਜਾਂਦਾ, ਘਰਦਿਆਂ ਦੀ ਕਿੰਨੀ ਕੁ ਸਪੋਰਟ ਆ ਤੁਹਾਨੂੰ? ਸ਼ੁਰੂ 'ਚ ਜੀ ਰੋਕਦੇ ਸੀਗੇ, ਪਹਿਲਾਂ ਤਾਂ ਮਤਲਬ ਬਹੁਤ ਮੈਂ ਗਾਲਾਂ ਖਾਧਿਆ, ਮੈਨੂੰ ਉਹਨਾਂ ਨੇ ਆਲਸ ਕਰਨ ਨੂੰ ਵੀ ਲਾਇਆ, ਮੈਨੂੰ ਵੀ ਕਹਿੰਦੇ ਤੂੰ ਬਾਹਰ ਚੱਲ ਜਾ ਵੀ ਕਿਹੜੇ ਕੰਮਾਂ 'ਚ ਲੱਗਾ ਹੋਇਆ ਵਾਂ, ਕਿਉਂਕਿ ਉਦੋਂ ਨਹੀਂ ਜਿੱਤਦੇ ਸੀਗੇ, ਕਿਉਂਕਿ ਜਿਹੜੀ ਇਹ ਚੀਜ਼ ਵਿੱਚ ਸ਼ੁਰੂਆਤੀ ਸਟਰਗਲ ਬਹੁਤ ਜ਼ਿਆਦਾ ਵਾ, ਮਤਲਬ ਕੰਪੀਟੀਸ਼ਨ ਵੀ ਵਾਧੂ ਆ ਅਤੇ ਸਟਰਗਲ ਵੀ ਬਹੁਤ ਜ਼ਿਆਦਾ ਵਾ, ਸ਼ੁਰੂ ਤਾਂ ਮਨਾ ਹੀ ਕਰਦੇ ਸੀ, ਫਿਰ ਜਦੋਂ ਮੈਂ ਪਹਿਲੀ ਵਾਰੀ ਮੋਟਰਸਾਈਕਲ ਜਿੱਤਿਆ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕਹਿਣਾ ਰੁਕਿਆ ਵੀ ਚੱਲ ਖੇਡ ਲਾ ਕੋਈ ਚੱਕਰ। ਅਤੇ ਪਹਿਲਾਂ ਮੋਟਰਸਾਈਕਲ ਕਿੱਥੋਂ ਜਿੱਤੇ ਤੁਹਾਨੂੰ ਇਹਨੇ? ਪਹਿਲਾਂ ਜੀ ਮੈਂ ਸੁਨਾਮ ਸ਼ਹਿਰ ਤੋਂ ਜਿੱਤਿਆ ਸੀ, ਸੁਨਾਮ ਦੇ ਵਿੱਚ ਇੱਕ ਚੱਠਾ ਨੜੇਰਾ ਪਿੰਡ ਆ, ਉੱਥੋਂ ਜਿੱਤਿਆ ਸੀ। ਅਤੇ ਤੁਹਾਨੇ ਮੋਟਰਸਾਈਕਲ ਵੀ ਜਿੱਤੇ, ਕਾਸਕੋ ਦੇ ਵਿੱਚ ਹਰੇਕ ਪਲੇਅਰ ਦਾ ਸੁਪਨਾ ਬਈ ਉਹ ਟਰੈਕਟਰ ਜਿੱਤਣਾ। ਬਿਲਕੁਲ ਜੀ। ਅਤੇ ਜਿੱਦਣ ਫਿਰ ਟਰੈਕਟਰ ਜਿੱਤੇ, ਉੱਦਣ ਦਾ ਜੇ ਆਪਾਂ ਉਹ ਸਮਾਂ ਥੋੜ੍ਹਾ ਡਿਸਕ੍ਰਾਈਬ ਕਰਨਾ ਚਾਹੀਏ, ਕਿੱਦਾਂ ਦਾ ਮਾਹੌਲ ਸੀ ਘਰ ਦੇ ਵਿੱਚ, ਯਾਰਾਂ ਦੋਸਤਾਂ ਦਾ ਕੀ ਮਾਹੌਲ ਸੀ ਉਹ ਦਿਨ ਦਾ? ਜਿਸ ਦਿਨ ਟਰੈਕਟਰ ਜਿੱਤੇ, ਮਤਲਬ ਉਸ ਦਿਨ ਐਂ ਲੱਗਦਾ ਸੀ ਵੀ ਯਾਰ ਹੁਣ ਮਤਲਬ ਕੋਸਕੋ ਖੇਲ ਸਫਲ ਹੋ ਗਿਆ, ਵੀ ਮੇਰੀ ਇਹੀ ਰੀਸ ਸੀ ਵੀ 4 ਟਾਇਰ ਵਾਲੀ ਚੀਜ਼ ਜਿੱਤਾ, ਚਾਹੇ ਗੱਡੀ ਜਿੱਤਾਂ ਚਾਹੇ ਟਰੈਕਟਰ ਜਿੱਤਾਂ, ਮਾਲਕ ਨੇ ਬਹੁਤ ਜਲਦੀ ਸੁਣ ਲਈ ਤੇ ਆਪਾਂ ਜਿੱਤ ਗਏ। ਤੁਹਾਨੇ ਕਾਸਕੋ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ, ਅੱਜ ਕੱਲ ਜੇ ਬੰਦਾ ਤਰੱਕੀ ਕਰਦਾ ਨਾ ਉਹਦੇ ਹੇਟਰ ਵੀ ਬਹੁਤ ਵੱਧਦੇ ਆ। ਬਿਲਕੁਲ ਜੀ। ਹੇਟਰਾਂ ਦੇ ਨਾਲ ਨਾਲ ਲੋਕੀ ਗੱਲਾਂ ਕਰਨ ਲੱਗ ਜਾਂਦੇ, ਖਾਸ ਕਰਕੇ ਮੈਂ ਤੁਹਾਨੂੰ ਸਿੱਧੇ ਸਵਾਲ ਪੁੱਛੂ, ਮੈਂ ਆਪਾਂ ਵੀਡੀਓ ਤੋਂ ਪਹਿਲਾਂ ਵੀ ਗੱਲ ਕਰੀ ਆ, ਕਿਉਂਕਿ ਮੈਨੂੰ ਉਮੀਦ ਆ ਵੀ
ਤੁਸੀਂ ਹਰੇਕ ਗੱਲ ਦਾ ਬੜਾ ਵਧੀਆ ਜਵਾਬ ਦਿਓਗੇ, ਕੋਈ ਕਿਸੇ ਗੱਲ ਤੋਂ ਉਹ ਨਹੀਂ ਕਰਦੇ। ਕਾਸਕੋ ਦੇ ਵਿੱਚ ਤੁਹਾਡੇ 'ਤੇ ਇਲਜ਼ਾਮ ਬਹੁਤ ਲੱਗਦੇ ਆ ਬਈ ਧੁੰਨਾ ਨਾ ਪੈਸੇ ਬਹੁਤ ਜ਼ਿਆਦਾ ਮੰਗਦਾ। ਹਾਂਜੀ, ਭਾਵੇਂ ਟੀਮ ਕਿੱਦਾਂ ਦੀ ਵੀ ਹੋਵੇ, ਤਕੜੀ ਹੋਵੇ ਮਾੜੀ ਹੋਵੇ, ਧੁੰਨਾ ਪੈਸੇ ਬਹੁਤ ਮੰਗਦਾ, ਉਹਦੇ ਬਾਰੇ ਕੀ ਖਿਆਲ? ਦੇਖੋ ਜੀ, ਪਹਿਲੀ ਗੱਲ ਤਾਂ ਪੈਸੇ ਮੈਂ ਕੋਈ ਇਕੱਲਾ ਤਾਂ ਲੈਂਦਾ ਨਹੀਂ ਜੀ, ਸਾਰੀ ਦੁਨੀਆ ਪੈਸੇ ਲੈਂਦੀ ਆ, ਇਹਦਾ ਸਿਰਫ ਮੈਨੂੰ ਆਪਾਂ ਸਿੱਧਾ ਮੰਗ ਕੇ ਲੈ ਲੈਂਦੇ ਆ, ਬਾਕੀ ਵੀ ਕਈ ਵਿੱਚ ਵਿਚੋਲਾ ਪਾ ਲੈਂਦੇ ਆ, ਮੁੱਖ ਦੀ ਗੱਲ ਇਹ ਆ। ਠੀਕ ਹੈ ਜੀ, ਪੈਸੇ ਤਾਂ ਸਾਰੇ ਲੈਂਦੇ, ਕੋਈ ਫਰੀ ਨਹੀਂ ਖੇਡ ਕੇ ਰਾਜੀ ਅੱਜ ਦੇ ਟਾਈਮ 'ਚ। ਨਾਲੇ ਨਾਲੇ ਕਿਹਦਾ ਸ਼ੌਂਕ ਦਿਲ ਕਰਦਾ ਫਰੀ ਖੇਡਣ ਦਾ, ਆਪਦੀ ਵੱਲੋਂ ਗੱਡੀ 'ਚ ਤੇਲ ਫੂਕ ਕੇ ਵੀ ਫਰੀ 'ਚ ਖੇਡਣ ਜਾਵਾਂ। ਸੋ ਪੈਸੇ ਸਾਰੀ ਦੁਨੀਆ ਲੈਂਦੀ ਆ, ਆਪਾਂ ਇਹ ਨਹੀਂ ਕਹਿੰਦੇ ਵੀ ਮੈਂ ਇਕੱਲਾ ਪੈਸੇ ਲੈਂਦਾ ਵਾਂ, ਪਰ ਫਰਕ ਇਹ ਆ ਵਿਚੋਲਾ ਪਾਉਂਦੇ, ਆਪਾਂ ਵਿਚੋਲਾ ਆਪਾਂ ਸਿੱਧਾ ਮੰਗ ਲਈਦੇ ਆ। ਤੁਹਾਨੂੰ ਤੈਨੂੰ ਨਹੀਂ ਲੱਗਦਾ ਵੀ ਕਦੇ ਕਦੇ ਥੋੜ੍ਹਾ ਜਿਹਾ ਜ਼ਿਆਦਾ, ਜਿਵੇਂ ਤੂੰ ਤੈਨੂੰ ਲੋਕ ਕਹਿੰਦੇ ਨੇ ਵੀ ਯਾਰ ਧੁੰਨਾ ਸਿੱਧਾ ਮੂੰਹ 'ਤੇ ਗੱਲ ਕਹਿੰਦਾ, ਵੀ ਇਹ ਚੀਜ਼ ਦਾ ਬੰਦੇ ਨੂੰ ਨੁਕਸਾਨ ਵੀ ਹੁੰਦਾ, ਤੈਨੂੰ ਕਦੇ ਇੱਦਾਂ ਦਾ ਫੀਲ ਨਹੀਂ ਹੋਇਆ? ਮੈਨੂੰ ਮੇਰੇ ਯਾਰ ਮਿੱਤਰ ਵੀ ਸਮਝਾਉਂਦੇ ਵੀ ਥੋੜ੍ਹਾ ਸਟ੍ਰੇਟ ਫੋਰਵਰਡ ਘੱਟ ਹੋਇਆ ਕਰ, ਵੀ ਕਿਉਂਕਿ ਮੇਰੀ ਸ਼ੁਰੂ ਤੋਂ ਆਦਤ ਆ ਵੀ ਜਿਹੜੀ ਮੇਰੇ ਮੈਂ ਜਿੱਦਾਂ ਦਾ ਉੱਪਰੋਂ ਹਾਂ ਉੱਦਾਂ ਦੇ ਅੰਦਰੋਂ ਹਾਂ, ਮਤਲਬ ਆਪਣੇ ਮਨ 'ਚ ਕੋਈ ਹੈ ਨਹੀਂ, ਜੇ ਆਪਾਂ ਨੂੰ ਗੱਲ ਨਹੀਂ ਜੱਜੀ ਤਾਂ ਆਪਾਂ ਸਿੱਧੇ ਬੋਲ ਦੀਦੀ ਵੀ ਆਹ ਗੱਲ ਨਹੀਂ ਜੱਜੀ ਆਪਾਂ। ਸੋ ਸਟ੍ਰੇਟ ਫੋਰਵਰਡ ਮੇਰੀ ਸ਼ੁਰੂ ਤੋਂ ਇਹ ਆਦਤ ਆ, ਮੈਂ ਸਟ੍ਰੇਟ ਫੋਰਵਰਡ ਹਾਂ। ਤੁਹਾਨੂੰ ਆਪਾਂ ਪਹਿਲਾਂ ਵੀ ਬਹੁਤ ਵਾਰ ਮਿਲੇ, ਆਪਾਂ ਇਹ ਵਿਸ਼ਿਆਂ 'ਤੇ ਗੱਲ ਵੀ ਕੀਤੀ ਆ। ਅੱਜ ਕੱਲ੍ਹ ਮੈਂ ਹਰੇਕ ਇੰਟਰਵਿਊ ਦੇ ਵਿੱਚ ਇਹ ਚੀਜ਼ ਪੁੱਛਦਾ, ਭਰਾ ਬਣ ਦਾ ਗੁੱਛਾ ਵੀ ਨਾ ਕਰਿਓ ਕੋਈ, ਆਪਾਂ ਪਲੇਅਰਾਂ ਦਾ ਇਕੱਲਾ ਜਜ਼ਬਾਤ ਬੋਲਦੇ ਹਾਂ। ਅੱਜ ਕੱਲ੍ਹ ਫੇਕ ਭੇਜਣ ਵਾਲੇ ਬਹੁਤ ਨੇ। ਹਾਂਜੀ, ਫੇਕ ਭੇਜਣ ਵਾਲੇ ਕੀ ਕਰਦੇ ਆ, ਕਿਸੇ ਨਾ ਕਿਸੇ ਪਲੇਅਰ ਦੀ ਇੱਕ ਪਾਸਾ ਸੁਣ ਕੇ ਨਾ ਇੱਕ ਐਂਡ ਤੋਂ ਗੱਲ ਸੁਣ ਕੇ ਵੀਡੀਓ ਪਾ ਦਿੰਦੇ ਨੇ। ਉਹਨਾਂ ਨੂੰ ਕੀ ਕਹਿਣਾ, ਵੀਡੀਓ ਪਾਓ ਕੋਈ ਚੱਕਰ ਨਹੀਂ, ਪਰ ਦੋਨੇ ਐਂਡ ਸੁਣ ਲਓ, ਉਹਨਾਂ ਬਾਰੇ ਕੀ ਖਿਆਲ ਆ ਤੁਹਾਡਾ? ਜਿੱਦਾਂ ਹੁਣ ਤੁਸੀਂ ਕਿਹਾ ਵੀ ਦੋਨੋਂ ਪੱਖ ਸੁਣ ਕੇ ਵੀਡੀਓ, ਮਤਲਬ ਪੋਸਟ ਵਗੈਰਾ ਜੋ ਵੀ ਪਾਉਣਾ ਦੋਨੋਂ ਪਾਸੋਂ ਪਾਓ। ਹੁਣ ਇੱਕ ਪਾਸੇ ਦੀ ਸੁਣ ਕੇ ਤੁਸੀਂ ਜਦ ਹੀ ਭੜਕ ਦਿਨ ਪੋਸਟ ਮਾਰ ਦਿੰਦੇ ਹੋ, ਉੱਤੋਂ ਸਵਾਦ ਲੈਣ ਵਾਲੇ 20-30 ਜਾਣੇ ਹੁੰਦੇ ਆ, ਜਿਹਨਾਂ ਨੇ ਜਿਹਨਾਂ ਦਾ ਕੰਮ ਹੀ ਇਹੀ ਆ ਕਮੈਂਟ ਕਰਨਾ। ਠੀਕ ਆ, ਆਪਾਂ ਨਹੀਂ ਕਹਿੰਦੇ, ਠੀਕ ਆ ਜੋ ਗਲਤ ਆ ਗਲਤ ਨੂੰ ਗਲਤ ਦਿਖਾਓ, ਵੀ ਉਹ ਆਪਣੀ ਜਿਹੜਾ ਗਿਲਟੀ ਆ ਉਹ ਗਿਲਟ ਫੀਲ ਕਰੇ ਆਪਣੀ, ਪਰ ਇਹ ਨਾ ਵੀ ਤੁਸੀਂ ਇੱਕ ਪਾਸਾ ਸੁਣ ਕੇ ਪੋਸਟ ਪਾਓ, ਦੋਨੋਂ ਪਾਸ ਦੀ ਪਹਿਲਾਂ ਗੱਲ ਸੁਣੋ, ਫਿਰ ਉਸ ਤੋਂ ਬਾਅਦ ਆਪਣਾ ਨਤੀਜਾ ਲਵੋ ਵੀ ਜੇ ਆ ਸਹੀ ਆ ਜਾਂ ਗਲਤ ਆ। ਇੱਕ ਤੁਹਾਨੂੰ ਹੋਰ, ਬਹੁਤ ਲੋਕੀ ਕਹਿੰਦੇ ਨੇ ਬਈ ਯਾਰ ਪਲੇਅਰ, ਚੱਲ ਮੰਨਦੇ ਆ ਆਪਾਂ ਉਹਨਾਂ ਦੀ ਮਿਹਨਤ ਆ, ਪੈਸੇ ਲੈਂਦੇ ਆ, ਜਿਵੇਂ ਮੰਨ ਕੇ ਚੱਲੋ ਫਾਰ ਐਗਜ਼ਾਮਪਲ ਤੁਸੀਂ ਆ ਗਏ ਖੇਡਣ, ਰੱਬ ਨਾ ਕਰੇ ਫਸਟ ਰਾਊਂਡ ਦੇ ਵਿੱਚ ਹਾਰ ਗਏ। ਕਈ ਟੀਮਾਂ ਇੱਦਾਂ ਦੀਆਂ ਹੁੰਦੀਆਂ ਬਈ ਚਾਹੁੰਦੀਆਂ ਹੁੰਦੀਆਂ ਵੀ ਹਾਂ ਧੁੰਨਾ ਸਾਡੇ 'ਚ ਖੇਡੇ ਯਾਰ, ਉਹ ਫੈਨ ਹੀ ਇੱਦਾਂ ਦੇ ਹੁੰਦੇ ਨੇ ਬੰਦੇ ਦੇ, ਭਾਵੇਂ ਧੁੰਨਾ ਹੋ ਗਿਆ ਭਾਵੇਂ ਰਵੀ ਹੋ ਗਿਆ। ਕਈ ਪਲੇਅਰਾਂ ਦੇ ਆਪਾਂ ਐਗਜ਼ਾਮਪਲ ਲੈਂਦੇ ਹਾਂ, ਬਹੁਤ ਦੁਨੀਆ ਚਾਹੁੰਦੀ ਹੁੰਦੀ ਵੀ ਸਾਡੇ ਯਾਰ ਇੱਕ ਵਾਰ ਖੇਡ ਜਾਣ, ਜਿੱਤਣ ਹਾਰਨ ਦੀ ਵੱਖਰੀ ਗੱਲ। ਇਹੋ ਜਿਹੀ ਸਿਚੁਏਸ਼ਨ ਵੀ ਆਈ ਆ ਜਦੋਂ ਫਸਟ ਰਾਊਂਡ ਦੇ ਵਿੱਚ ਧੁੰਨਾ ਹਾਰ ਗਿਆ ਹੋਵੇ ਔਰ ਪ੍ਰਦਰਸ਼ਨ ਉੱਦਾਂ ਦਾ ਨਾ ਹੋਇਆ ਹੋਵੇ ਔਰ ਧੁੰਨੇ ਨੇ ਕਿਹਾ ਹੋਵੇ ਯਾਰ ਵੀ ਬਾਈ ਮੈਂ ਪੈਸੇ ਨਹੀਂ ਲੈਣੇ ਹੈਗੇ, ਜਾਂ ਧੁੰਨਾ ਪੈਸੇ ਲੈਂਦਾ ਹੀ ਲੈਂਦਾ, ਕੀ ਐ ਹੋਇਆ ਵਾ? ਜਿਵੇਂ ਹੁਣ ਜਿਵੇਂ ਸਪੋਜ਼ ਆਪਣੇ ਗੱਲ ਹੋਈ ਹੋਵੇ, ਠੀਕ ਆ, ਤੇ ਨਹੀਂ ਵਧੀਆ ਖੇਲਿਆ ਗਿਆ, ਚੱਲ ਬੰਦਾ ਕਹਿੰਦਾ ਵੀ ਬਾਈ ਤੂੰ ਰਹਿਣ ਦੇ ਵੀ ਤੇਲ ਖਰਚਾ ਦੇ ਦੇ, ਹੈ ਹੋਇਆ ਮੈਂ ਕਿੰਨੀ ਵਾਰੀ ਕੀਤਾ ਵੀ ਜਦ ਆਪਾਂ ਆਪਦਾ ਮਨ ਨਹੀਂ ਸੈਟਿਸਫਾਈ ਹੁੰਦਾ ਬੰਦਾ ਕਹਿੰਦਾ ਵੀ ਚੱਲ ਰਹਿਣ ਦੇ ਯਾਰ ਕੁਛ ਕੀਤਾ ਨਹੀਂ, ਕੋਈ ਐ ਨਹੀਂ ਮਤਲਬ ਇਹ ਨਹੀਂ ਵੀ ਹਾਂ ਆਪਣੀ ਪਰਫੋਰਮੈਂਸ ਦੇ, ਜੇ ਤਾਂ ਆਪਾਂ ਵਧੀਆ ਖੇਡੇ ਹੋਵੇ ਆਪਦੀ ਵਜ੍ਹਾ ਨਾਲ ਨਹੀਂ ਹਾਰੇ, ਆਪਾਂ ਕਹਿ ਦਈਦਾ ਵੀ ਚੱਲ ਆਪਣੀ ਜਿੰਨੇ ਦੀ ਗੱਲ ਹੋਈ ਬਾਈ ਉਨੇ ਪੈਸੇ ਦੇ ਦਿਓ, ਨਹੀਂ ਤਾਂ ਆਪਣਾ ਹੁੰਦਾ ਵਾ ਜੇ ਪਰਫੋਰਮੈਂਸ ਹੀ ਨਹੀਂ ਕੀਤੀ ਫਿਰ ਕਿਹੜੇ ਮੂੰਹ ਨਾਲ ਪੈਸੇ ਲਈਏ ਜੀ। ਇੱਕ ਜਿਹੜੇ ਸਰਟੀਫਿਕੇਟ ਦੇ ਦਿੰਦੇ ਨੇ ਇੱਕ ਇਨਿੰਗ ਦੇਖ ਕੇ ਵੀ ਧੁੰਨਾ ਦਾ ਬਸ ਡੈੱਡ ਹੋ ਗਿਆ, ਆਹ ਤਾਂ ਐਂ ਹੋ ਗਿਆ ਇੱਕ ਇਨਿੰਗ, ਮੇਰਾ ਕਹਿਣ ਦਾ ਭਾਵ ਉਹ ਆ ਵੀ ਇੱਕ ਦਿਨ ਕਦੇ ਵੀ ਪਲੇਅਰ ਦਾ ਦਿਨ ਚੰਗਾ ਮਾੜਾ ਆ ਸਕਦਾ, ਪਲੇਅਰ ਚੰਗਾ ਮਾੜਾ ਨਹੀਂ ਹੁੰਦਾ, ਉਹਨਾਂ ਬਾਰੇ ਕੀ ਵਿਚਾਰ? ਮੈਂ ਤਾਂ ਉਹੀ ਕਹਿੰਦਾ ਇਹ ਜਿਹੜੀ ਗੇਮ ਆ ਇਹ ਹੈਗੀ ਆ ਸਬਰ ਦੀ ਗੇਮ, ਠੀਕ ਆ, ਇਹਦੇ ਵਿੱਚ ਕਿਸੇ ਟਾਈਮ ਬੰਦਾ ਫੁੱਲ ਪੀਕ ਤੇ ਹੁੰਦਾ, ਕਿਸੇ ਟਾਈਮ ਜਮਾ ਹੀ ਡਾਊਨ ਹੋ ਜਾਂਦਾ ਵਾ, ਠੀਕ ਆ। ਸੋ ਮਤਲਬ ਬੰਦਾ ਨਾ ਦਿਲ ਨਾ ਛੱਡੇ, ਚਾਹੇ ਚੰਗਾ ਟਾਈਮ ਆ ਚਾਹੇ ਮਾੜਾ ਟਾਈਮ ਆ, ਜਿੰਨਾ ਮਿਹਨਤ ਕਰੂੰਗੇ ਸਟਰਗਲ ਕਰੂੰਗੇ ਉਨਾ ਹੀ ਪਲੇਅਰ ਲਈ ਚੰਗਾ ਵਾ, ਆਪਣੇ ਤਾਂ ਇਹੀ ਮੰਨਣਾ ਵਾ ਵੀ ਮਿਹਨਤ ਕਰੀ ਜਾਓ ਨਾਲ ਨਾਲ। ਬਾਕੀ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਬਹੁਤ ਪਈਆਂ, 6-6 ਛੱਕੇ ਰੋਜ਼ ਵੱਜਦੇ ਆ, ਪਿਛਲੇ ਦਿਨਾਂ ਦੇ ਵਿੱਚ ਸੰਭੂ ਨੇ 6 ਛੱਕੇ ਧੁੰਨੇ ਨੂੰ ਮਾਰੇ, ਸੁੱਖੀ ਨੇ 6 ਛੱਕੇ ਧੁੰਨੇ ਨੂੰ ਮਾਰੇ, ਉਹ ਫੀਲਿੰਗ ਕੀ ਸੀ, ਉਹ ਦਿਨ ਦੀ ਫੀਲਿੰਗ ਕੀ ਸੀ? ਤੇ ਬਾਲਰਾਂ ਨੂੰ ਅੱਜ ਕੱਲ੍ਹ ਯਾਰ ਕੁਝ ਨਹੀਂ ਹੈਗਾ, ਫਰਸ਼ ਦੀਆਂ ਵਿਗੜਾਂ। ਦੇਖੋ ਫੀਲਿੰਗ, ਦੇਖੋ ਮੈਂ ਦੱਸਦਾ ਫੀਲਿੰਗ ਪਤਾ ਕੀ ਆ, ਹੁਣ ਲੋਕ ਤਾਂ ਸਵਾਦ ਲੈਣੇ 20 ਆਣੇ ਉਹਦਾ ਫਲਾਨੇ ਫਲਾਨੇ ਦਾ ਮੋਰ ਬਣਾ ਤਾ, ਅੜਾ ਤਾ, ਉਹਦਾ ਇੰਜਨ ਕਰਤਾ, ਐਂ ਕਰਤਾ, ਬਾਈ ਘਰੇ ਬਹਿ ਕੇ ਬੋਲਣਾ ਬਹੁਤ ਸੌਖਾ ਵਾ, ਪਤਾ ਉਦੋਂ ਲੱਗਦਾ ਜਦੋਂ 28-28 ਕਦਮਾਂ ਦੀ ਪਿੱਚਾਂ ਤੇ 50 ਮੀਟਰ ਦੇ ਗਰਾਊਂਡਾਂ 'ਚ ਬਾਲ ਪਾਉਣੇ, ਫੁਕੀਆਂ ਬਾਲਾਂ ਹੁੰਦੀਆਂ ਉੱਤੋਂ ਵੱਡੇ ਗਰੇਪਾਂ ਵਾਲੀਆਂ, ਉਦੋਂ ਪਤਾ ਲੱਗਦਾ ਵੀ ਬਾਲ ਪਾਉਣੀ ਆ। ਠੀਕ ਆ, ਲੋਕ ਤਾਂ ਕਹਿ ਦਿੰਦੇ ਆ
ਵੀ ਉਹਨੇ ਉਹਦੇ 6 ਮਾਰਤੇ ਅੱਜ ਦੇ ਟਾਈਮ 'ਚ 6 ਛੱਕੇ ਮਾਰਨੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਨਾਰਮਲ ਗੱਲਾਂ ਹੀ ਨੇ ਕੋਸਕੋ ਦੇ ਵਿੱਚ ਸੋ ਮੈਂ ਹੀ ਕਹਿੰਦਾ ਵਾ ਵੀ ਜਿੰਨੇ ਵੀ ਟੂਰਨਾਮੈਂਟ ਵਾਲੀਆਂ ਕਮੇਟੀਆਂ ਨੇ ਜਿਨ੍ਹਾਂ ਦਾ ਗਰਾਊਂਡ ਛੋਟਾ ਸੋ ਮੈਂ ਇਹੀ ਕਹਿੰਦਾ ਵੀ ਉਹ ਪਾਵਰ ਪਲੇ ਦੇ ਓਵਰ ਨਵੀਆਂ ਬੋਲਣਾ ਲਵਾ ਦੇਣ ਕਰੇ ਜਾਂ ਵਿਕਟ ਵਿਕਟ ਸਹੀ ਰੱਖਣ 21-22 ਕਦਮਾਂ ਤੇ ਹੁਣ ਜੇ ਤੁਸੀਂ 26-27 ਡਿੰਗਾਂ ਦੀ ਪਿੱਚ ਰੱਖ ਦੋਗੇ ਬੋਲਰ ਕਿੰਨਾ ਕੁ ਜ਼ੋਰ ਲਾ ਕੇ ਬੋਲ ਪਾ ਲੂਗਾ ਉੱਥੇ ਉੱਥੇ ਤਾਂ ਮਿਸਹਿਟ ਦੇ ਵੀ ਛਿੱਕੇ ਜਾਈ ਜਾਂਦੇ ਆ ਉੱਤੋਂ ਮੱਛੀਆਂ ਬਾਲਾਂ ਬੈਟਾਂ ਦੇ ਪੱਥਰ ਲੱਗਾ ਹੋਇਆ ਵਾ ਸ਼ੀਸ਼ੇ ਵਾਲੀਆਂ ਬਿਜ ਨਾ ਬੋਲ ਦੀ ਕੋਈ ਮੂਵਮੈਂਟ ਹੁੰਦੀ ਨਾ ਕੁਛ ਆਪਾਂ ਇਹੀ ਕਹਿੰਦੇ ਹਾਂ ਵੀ ਜਿੱਥੇ ਗਰਾਊਂਡ ਛੋਟਾ ਉੱਥੇ ਪਹਿਲੇ ਦੋ ਵਾਰ ਨਵੀਆਂ ਬੋਲਾਂ ਲਾ ਦੇਣ ਜਾਂ ਬੋਲਾਂ ਮਚਾਓ ਨਾ ਬੋਲਾਂ ਨੂੰ ਘਸਾ ਕੇ ਲਾ ਦੋ ਕੁਛ ਤਾਂ ਬੋਲਰ ਵਾਸਤੇ ਹੋਵੇ ਬੋਲਰ ਵਾਸਤੇ ਤਾਂ ਕੁਛ ਹੈ ਹੀ ਨਹੀਂ ਜੀ ਇਹ ਤਾਂ ਛਿੱਕੇ ਮਤਲਬ ਇਹ ਆ ਵੀ ਛਿੱਕੇ ਛਿੱਕੇ ਕ੍ਰਿਕਟ ਰਹਿ ਗਈ ਹੈ ਜੀ ਬਸ ਸਵਾਦ ਦੀ ਕ੍ਰਿਕਟ ਰਹਿ ਗਈ ਸਵਾਦ ਦੀ ਕ੍ਰਿਕਟ ਹੈ ਜੀ ਅੱਛਾ ਤੁਹਾਨੂੰ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਤੁਸੀਂ ਗੱਡੀ ਵੀ ਨਵੀਂ ਲੈਤੀ ਹੈ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਤੁਹਾਨੂੰ ਇਹਨੂੰ ਕ੍ਰਿਕਟ ਦੇ ਵਿੱਚੋਂ ਅਤੇ ਵਾਹਿਗੁਰੂ ਅੱਗੇ ਅਰਦਾਸ ਆ ਅੱਗੇ ਵੀ ਜਿਹੜੀਆਂ ਮਨੋਕਾਮਨਾ ਵਾਹਿਗੁਰੂ ਪੂਰੀਆਂ ਕਰੇ ਕੋਈ ਸੁਪਨਾ ਹੈਗਾ ਹੁਣ ਧੁੰਨੇ ਦਾ ਵੀ ਯਾਰ ਆਹ ਸੁਪਨਾ ਅਧੂਰਾ ਰਹਿ ਗਿਆ ਹੁਣ ਆਹ ਚੀਜ਼ ਜਿੱਤਣੀ ਆ ਜਾਂ ਸੈਟੀਸਫਾਈ ਆ ਧੁੰਨਾ ਹੁਣ ਨਹੀਂ ਮੈਂ ਸੈਟੀਸਫਾਈ ਹਾਂ ਜੀ ਆਪਾਂ ਜਿੱਤ ਲਿਆ ਸਾਰਾ ਕੁਛ ਆਪਾਂ ਨੂੰ ਕੋਈ ਉਹ ਨਹੀਂ ਹੁਣ ਸੈਟੀਸਫਾਈ ਆ ਬਸ ਖੇਡੀ ਜਾਂਦੇ ਮਿਹਨਤ ਕਰੀ ਜਾਂਦੇ ਆ ਅਤੇ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਕੋਈ ਗੱਲ ਆਪਾਂ ਤੋਂ ਪੁੱਛਣੀ ਰਹਿ ਗਈ ਹੋਵੇ ਕੋਈ ਗੱਲ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ ਤੁਹਾਡੇ ਦਿਲ ਦਾ ਬਲਬਲਾ ਹੋਵੇ ਜ਼ਰੂਰ ਆਪਾਂ ਸ਼ੇਅਰ ਕਰੀਏ ਦਰਸ਼ਕਾਂ ਦੇ ਨਾਲ ਯਾਰ ਕੋਈ ਵੀ ਤੁਹਾਡੇ ਚਾਹਣ ਵਾਲਿਆਂ ਦਾ ਕੋਈ ਤੁਹਾਡੇ ਫੈਨਾਂ ਦਾ ਬਸ ਮੈਂ ਇਹੀ ਚਾਹੁੰਦਾ ਵੀ ਜਿਹੜੇ ਮੇਰੇ ਭਰਾ ਮੈਨੂੰ ਮੇਰਾ ਮੈਚ ਦੇਖਦੇ ਆ ਮੈਨੂੰ ਫੋਨ ਕਰਕੇ ਬਾਈ ਤੇਰਾ ਕਿੱਥੇ ਮੈਚ ਚੱਲਦਾ ਜਾਂ ਕਮੈਂਟ 'ਚ ਬੈਸਟ ਵਿਸ਼ਿਸ ਭੇਜਦੇ ਨੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਕਿਉਂਕਿ ਮੈਨੂੰ ਬਹੁਤ ਮੇਰੇ ਭਰਾ ਨੇ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਵੀ ਆਪਣੇ ਨਾਲ ਖੜ੍ਹੇ ਨੇ ਸੋ ਮੈਂ ਮੈਨੂੰ ਮੈਨੂੰ ਖੁਦ ਨੂੰ ਪ੍ਰਾਊਡ ਫੀਲ ਹੁੰਦਾ ਵਾ ਵੀ ਚਲੋ ਕ੍ਰਿਕਟ 'ਚ ਯਾਰ ਬਹੁਤ ਕਮਾਏ ਨੇ ਮਤਲਬ ਚਾਹੁਣ ਵਾਲੇ ਵਾਧੂ ਨੇ ਸੋ ਉਹਨਾਂ ਭਰਾਵਾਂ ਦਾ ਹਮੇਸ਼ਾ ਮੈਂ ਦਿਲੋਂ ਧੰਨਵਾਦ ਹੀ ਰਹੂੰਗਾ ਕਿ ਇੱਦਾਂ ਹੀ ਮੈਨੂੰ ਮੈਨੂੰ ਸਪੋਰਟ ਕਰਦੇ ਰਹੋ ਤੁਹਾਡੇ ਤੁਹਾਡੀ ਸਪੋਰਟ ਕਰਕੇ ਮੈਂ ਹੋਰ ਅੱਗੇ ਵਧੀਆ ਖੇਡਣ ਦੀ ਕੋਸ਼ਿਸ਼ ਕਰਿਆ ਕਰੂੰਗਾ ਅਤੇ ਤੁਹਾਨੂੰ ਯਾਰ ਕੋਈ ਕਾਸਕੋ ਦਾ ਕੋਈ ਇੱਕ ਬੈਟਸਮੈਨ ਇੱਕ ਬਾਲਰ ਕਿਹੜਾ ਗਾ ਜਿਹੜਾ ਧੋਨੇ ਨੂੰ ਪਸੰਦ ਆ ਗਾ ਕਾਸਕੋ ਕ੍ਰਿਕਟ ਦੇ ਵਿੱਚ ਬੈਟਸਮੈਨ ਤਾਂ ਜੀ 3-4 ਨੇ ਬਾਲਰ ਹੁਣ ਜੇ ਆਪਣੇ ਪੰਜਾਬ ਦੇ ਵਿੱਚ ਆਪਣਾ ਇਸ ਟਾਈਮ ਕਾਕਾ ਭਾਜੀ ਨੇ ਪਹਿਲਾਂ ਆਸ਼ੂ ਕੋਠੇ ਪੁੰਨੇ ਹੁੰਦੇ ਸੀ ਬਾਈ ਖੇਡਦਾ ਘੱਟ ਆ ਹੁਣ ਪਰ ਹੁਣ ਇਸ ਟਾਈਮ ਜੇ ਇੱਕ ਮੈਂ ਇੱਕ ਬੋਲਰ ਹੀ ਕਹਿੰਦਾ ਵੀ ਪੰਜਾਬ 'ਚ ਆਪਣੇ ਕਾਕਾ ਛਿੱਪਰੀ ਭਾਜੀ ਤੋਂ ਤਕੜਾ ਬੋਲਰ ਨਹੀਂ ਹੈਗਾ ਠੀਕ ਹਾਂਜੀ ਅਤੇ ਬੈਟਸਮੈਨ ਕਿਹੜੇ ਕਿਹੜੇ ਨੇ ਬੈਟਸਮੈਨ ਤਾਂ ਜੀ ਰਵੀ ਨੂਰਪੁਰ ਬੇਟ ਹਰਮਨ ਧੂਰੀ ਸੁੱਖੀ ਕਮਾਮ ਆਪਣਾ ਸਨੀ ਸਤਿਆਣਾ ਮਤਲਬ ਬੈਟਸਮੈਨ ਦਾ ਬਹੁਤ ਨੇ ਮਤਲਬ ਬੋਲਰ ਬੋਲਰ ਕਿਉਂਕਿ ਬੋਲਰ ਦੀ ਜੂਨ ਬਾਹਲੀ ਖਰਾਬ ਆ ਪੰਜਾਬ 'ਚ ਸੋ ਪੰਜਾਬ ਦੇ ਵਿੱਚ ਕਾਕਾ ਭਾਜੀ ਬੋਲਰ ਜਿਹੜੀ ਵੈਰੀਏਸ਼ਨ ਉਹਨਾਂ ਕੋਲ ਉਹ ਕਿਸੇ ਕੋਲ ਨਹੀਂ ਹੈਗਾ ਅੱਛਾ ਤੁਹਾਨੂੰ ਪਲੇਅਰ ਕਲਕੱਤੇ ਜਾ ਰਿਹਾ 2-4 ਦਿਨਾਂ ਨੂੰ ਖੇਡਣ ਹਾਂਜੀ ਬਹੁਤ ਜਾਣੇ ਜਾ ਰਹੇ ਆ ਜੀ ਧੁੰਨਾ ਜਾ ਰਿਹਾ ਕਲਕੱਤੇ ਨਹੀਂ ਜੀ ਮੈਨੂੰ ਬਹੁਤ ਫੋਨ ਆਉਂਦੇ ਜੀ ਕਲਕੱਤੇ ਆਉਣ ਤੋਂ ਜੀ ਨਹੀਂ ਆਪਾਂ ਨਹੀਂ ਜਾ ਸਕਦੇ ਜੀ ਨਹੀਂ ਜਾ ਸਕਦੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਵੇਗੀ ਅੱਗੇ ਕਿਹੜੇ ਪਲੇਅਰ ਦੀ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਮੈਨਸ਼ਨ ਕਰ ਦਿਓ ਬਸ ਇੱਕ ਜਿਹੜੇ ਜਿਹੜੇ ਧੁੰਨੇ ਨੂੰ ਪਿਆਰ ਕਰਦੇ ਲੈ ਵੀ ਧੁੰਨੇ ਤੂੰ ਵੀ ਇੱਕ ਵਾਰ ਜ਼ਰੂਰ ਕਹਿ ਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਭਾਈ ਉਹਨਾਂ ਦੇ ਪੇਜ ਨੂੰ ਬਾਕੀ ਜੇ ਕੋਈ ਰਹਿ ਗਈ ਗੱਲ ਤਾਂ ਕਮੈਂਟਾਂ 'ਚ ਦੱਸਿਓ ਅਗਲੀ ਵਾਰ ਫਿਰ ਮੁਲਾਕਾਤ ਕਰਕੇ ਗੱਲਾਂ ਬਾਤਾਂ ਕਰਾਂਗੇ ਬਾਕੀ ਮੈਨੂੰ ਧੁੰਨੇ ਬਾਈ ਤੇਰਾ ਨੇਚਰ ਬਹੁਤ ਵਧੀਆ ਲੱਗਿਆ ਜਦੋਂ ਜਦੋਂ ਭਰਾ ਨੂੰ ਕਹੀਦਾ ਨਾ ਭਰਾ ਕਹਿੰਦਾ ਕੋਈ ਚੱਕਰ ਨਹੀਂ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਮਾਂ ਦਿੱਤਾ ਉਹ ਤੱਕ ਲਈ 2 ਜਾਤ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ